ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਪੀਪੀਸੀ ਵੱਲੋਂ ਬਹੁਤ ਵਧੀਆ ਇੱਕ ਨਿਊਜ਼ ਆਈ ਹੈ ਅੱਜ ਹੀ ਤੇ ਉਹਨਾਂ ਨੇ ਕੀ ਕੀਤਾ ਆਪਣੇ ਲਈ ਪੋਲੀਟੈਕਨਿਕ ਕਾਲਜਾਂ ਵਿੱਚ ਬਥੇਰੀਆਂ ਪੋਸਟਾਂ ਘੱਡੀਆਂ ਗਈਆਂ ਨੇ ਹੁਣ ਵੱਖਰੇ ਵੱਖਰੇ ਡਿਪਾਰਟਮੈਂਟ ਚ ਪੋਸਟਾਂ ਘੱਡੀਆਂ ਗਈਆਂ ਨੇ ਤੇ ਅੱਜ ਹੀ ਆ ਨੋਟੀਫਿਕੇਸ਼ਨ ਬਾਹਰ ਆਈ ਹੈ ਐਂਡ ਦੀ ਸਟਾਰਟਿੰਗ ਡੇਟ ਹੈਗੀ ਹੈ ਤੁਹਾਡੇ ਵਾਸਤੇ 19/8/2022 ਤੇ ক্লোজিং ڈیٹ ਹੈਗੀ ਹੈ 2 ਸਪਟੰਬਰ 2022 ਥੋੜੇ ਦਿਨ ਨੇ ਤਾਂ ਕਰਕੇ ਸਟਾਰਟਿੰਗ ਚ ਇਹਨਾਂ ਨੂੰ ਅਪਲਾਈ ਕਰ ਦੇਣਾ ਨਹੀਂ ਤਾਂ ਸਾਈਟ ਬਹੁਤ ਵੀਜੀ ਜਾਂਦੀ ਹੈ ਬਾਅਦੋਂ ਉਸ ਤੋਂ ਬਾਅਦ ਦੇਖਿਆ ਜਾਵੇ ਕਿਹੜੇ-ਕਿਹੜੇ ਡਿਪਾਰਟਮੈਂਟ ਚ ਤੁਹਾਡੇ ਲਈ ਪੋਸਟਾਂ ਨਿਕਲੀਆਂ ਨੇ ਤਾਂ ਦੇਖੋ ਤੁਹਾਡੀ ਇੱਕ ਪੋਸਟ ਹੈਗੀ ਹੈ ਕੈਮੀਕਲ ਇੰਜੀਨੀਅਰਿੰਗ ਚ ਠੀਕ ਆ ਦੋ ਪੋਸਟਾਂ ਤੁਹਾਡੀ ਨਿਕਲੀਆਂ ਨੇ ਪ੍ਰੋਡਕਸ਼ਨ ਇੰਜੀਨੀਅਰਿੰਗ ਚਾਰ ਪੋਸਟਾਂ ਨੇ ਸਿਵਲ ਇੰਜੀਨੀਅਰਿੰਗ 30 ਪੋਸਟਾਂ ਨੇ ਮਕੈਨੀਕਲ ਇੰਜੀਨੀਅਰਿੰਗ ਜਿਹੜਾ ਕਿ ਸਭ ਤੋਂ ਵੱਡਾ ਡੋਮੇਨ ਹੈ ਮਕੈਨੀਕਲ ਇੰਜੀਨੀਅਰਸ ਵਾਲੋ ਤੁਸੀਂ ਤਾਂ ਬਹੁਤ ਚੰਗੀ ਤਰ੍ਹਾਂ ਨੂੰ ਕੋਈ ਆ ਚਾਂਸ ਛੱਡਣਾ ਨਹੀਂ ਹੈ 30 ਪੋਸਟਾਂ ਨਿਕਲੀਆਂ ਨੇ ਤੇ 30 ਪੋਸਟਾਂ ਲਈ ਸਾਡਾ ਜਿਹੜਾ ਹੈਗਾ ਇੰਸਟੀਚਿਊਟ ਉਹ ਕੀ ਕਰ ਰਿਹਾ ਇੱਕ ਤਾਂ ਤੁਹਾਡੇ ਵਾਸਤੇ ਆਫਲਾਈਨ ਸੁਵਿਧਾ ਵੀ ਹੈਗੀ ਹੈ ਤੁਸੀਂ ਚੰਡੀਗੜ੍ਹ ਆਓ ਚੰਡੀਗੜ੍ਹ ਸੇ ਲਗਾਓ ਹਨ ਆ ਦੀ ਆਫਲਾਈਨ ਕਲਾਸਸ ਹੈਗੀਆਂ ਨੇ ਜਿੱਥੇ ਤੁਹਾਨੂੰ ਸਾਰੇ ਚੰਗੀ ਤਰ੍ਹਾਂ ਇਸ ਚੀਜ਼ ਦੀ ਤਿਆਰੀ ਕਰਾਈ ਜਾਏਗੀ ਫਿਰ ਤੁਹਾਡੇ ਕੋਲ 4 ਪੋਸਟਾਂ ਨੇ ਵਰਕਿੰਗ ਸੁਪਰੀਟੈਂਡੈਂਟ ਦੀਆਂ 4 ਪੋਸਟਾਂ ਪ੍ਰੋਗਰਾਮਰ ਦੀਆਂ 4 ਪ ਪਲਾਸਟਿਕ ਟੈਕਨੋਲੋਜੀ ਦੀ ਵੀ ਦੋ ਪੋਸਟਾਂ ਨੇ ਇੱਕ ਪੋਸਟ ਤੁਹਾਡੀ ਹੈਗੀ ਹੈ گارਮੈਂਟ ਮੈਨੂਫੈਕਚਰਿੰਗ ਟੈਕਨੋਲੋਜੀ ਨਾਨ ਟੈਕਨੀਕਲ ਡਿਪਾਰਟਮੈਂਟ ਚ ਵੀ ਬਥੇਰੀਆਂ ਪੋਸਟਾਂ ਨੇ ਹੁਣ ਵੱਖਰਾ ਵੱਖਰਾ ਡਿਪਾਰਟਮੈਂਟ ਹੈ ਇੱਕ ਚੀਜ਼ ਤੁਸੀਂ ਯਾਦ ਰੱਖਣੀ ਹੈ ਐਦੀ ਜਿਹੜੀ ਇੰਗਲਿਸ਼ ਦੀ ਹੈਗੀ ਹੈ ਐਦੀ ਹੁਣ 10 ਪੋਸਟਾਂ ਨੇ ਤੁਹਾਡੇ ਕੋਲ ਪਰ ਐਦੀ ਸਟਾਰਟਿੰਗ ਡੇਟ ਕੱਲ ਆ ਗਈ ਸੀ ਨੋਟੀਫਿਕੇਸ਼ਨ ਤੇ ਅੱਜ ਉਹਦਾ ਉਹਦਾ 1 ਸਤੰਬਰ ਨੂੰ ਐਂਡ ਹੋ ਜਾਏਗਾ ਅਗਲਾ ਦੇਖਿਆ ਜਾਵੇ ਤਾ ਤੁਸੀਂ ਦੇਖੋ ਫਿਜ਼ਿਕਸ ਦੀਆਂ ਨੇ ਫਿਜ਼ਿਕਸ ਦੀ ਵੀ ਕਿੰਨੀਆਂ ਪੋਸਟਾਂ ਨੇ ਨੋ ਪੋਸਟਾਂ ਫਿਜ਼ਿਕਸ ਦੀਆਂ ਨੇ ਨੋ ਹੀ ਮੈਥਮੈਟਿਕਸ ਦੀਆਂ ਨੇ ਤੇ 6 ਤੁਹਾਡੀਆਂ ਪੋਸਟਾਂ ਹੈਗੀਆਂ ਮੈਡੀਕਲ ਲੈਬ اٹੈਂਡੈਂਟ ਦੀਆਂ ਕੈਮਿਸਟਰੀ ਦੀਆਂ ਵੀ ਬਥੇਰੀਆਂ ਨੇ 5 ਪੋਸਟਾਂ ਨੇ ਲਾਇਬ੍ਰੇਰੀ ਸਾਇੰਸ ਦੀਆਂ ਵੀ ਤੁਹਾਡੇ ਕੋਲ ਹੈਗੀਆਂ ਨੇ 2 ਪੋਸਟਾਂ ਠੀਕ ਹੈ ਹੁਣ ਇਹਦੇ ਚ ਕੀ ਹੈ ਸਭ ਤੋਂ ਵਧੀਆ ਗੱਲ ਹੈ ਕਿ ਹੁਣ ਐਡੀਆਂ ਪੋਸਟਾਂ ਕੱਢੀਆਂ ਗਈਆਂ ਨੇ ਤੁਹਾਡੇ ਕੋਲ ਤਿਆਰੀ ਕਰਨ ਦਾ ਬਥੇਰਾ ਟਾਈਮ ਹੈ ਪੇਪਰ ਜਿਹੜਾ ਹੋਏਗਾ ਘਟੂ ਘਟ ਆਈ ਗੈਸ ਨਵੰਬਰ ਦੇ ਕੋਲ ਹੋਏਗਾ ਅਕਤੂਬਰ ਨਵੰਬਰ 3 ਮਹੀਨੇ ਦੀ ਪਹਿਲਾਂ ਉਹ ਕੱਢਦੇ ਨੇ ਨੋਟੀਫਿਕੇਸ਼ਨ ਸਤੰਬਰ ਤੱਕ ਤੁਸੀਂ ਕਰੋ ਸਤੰਬਰ ਮਿਡ ਵਿੱਚ ਤੁਹਾਡੇ ਕੋਲ ਆ ਜਾਏਗੀ ਨੋਟੀਫਿਕੇਸ਼ਨ ਤਾਂ ਆਪਣੇ ਕੋਲ ਟਾਈਮ ਹੈਗਾ ਆਪਣੇ ਕੋਲ ਚਾਂਸ ਬਹੁਤ ਵਧੀਆ ਹੈਗਾ ਮਕੈਨੀਕਲ ਇੰਜੀਨੀਅਰਿੰਗ ਵਾਸਤੇ ਤਾਂ ਬਹੁਤ ਵਧੀਆ ਚਾਂਸ ਹੈ 30 ਪੋਸਟਾਂ ਥੋੜੀਆਂ ਨਹੀਂ ਹੁੰਦੀਆਂ ਤਾਂ ਕਰਕੇ ਤੁਸੀਂ ਤਾਂ ਬਸ ਆਪਣੀ ਇੱਕ ਪੋਸਟ ਲੈਣੀ ਹੈ ਠੀਕ ਹੈ ਹੋਪ ਤੁਸੀਂ ਬਹੁਤ ਵਧੀਆ ਤਰ੍ਹਾਂ ਤਿਆਰੀ ਕਰੋਗੇ ਤੇ ਇਸ ਚੀਜ਼ ਨੂੰ ਇਸ ਚਾਂਸ ਨੂੰ ਛੱਡੋਗੇ ਨਹੀਂ 올 ਦਾ ਬੈਸਟ ਟੇਕ ਕੇਅਰ